ਬਟਾਲਾ ਚ ਦੇ ਰਾਤ ਸ਼ਰਾਬ ਦੇ ਠੇਕੇਦਾਰ ਦੇ ਮੁਖ ਰਿੰਦੇ ਗੁਰਪ੍ਰੀਤ ਸਿੰਘ ਤੇ ਹੋਏ ਚਾਨਲੇਵਾ ਹਮਲੇ ਦੇ ਇੱਕ ਰੂਪੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਬਟਾਲਾ ਪੁਲਿਸ ਲਾਈਨ ਵਿਖੇ ਐਸਐਸਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਣੇ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਅਵਤਾਰ ਸਿੰਘ ਅਤੇ ਉਸ ਦੇ ਨਾਲ ਉਸ ਦੇ ਤਿੰਨ ਹੋਰ ਸਾਥੀਆਂ ਨੇ ਬੀਤੀ ਰਾਤ ਬਟਾਲਾ ਦੇ ਸ਼ਰਾਬ ਦੇ ਠੇਕੇਦਾਰ ਦੇ ਮੁਖ ਰਿੰਦੇ ਜੋ ਕਿ ਉਹਨਾਂ ਦਾ ਸਾਰਾ ਕੰਮ ਦੇਖਦਾ ਹੈ ਉਹ ਪਰਚਾਣ ਲੈਵਾ ਹਮਲਾ ਕਰਦੇ ਹੋਏ ਸਿੱਧੇ ਫਾਇਰ ਕੀਤੇ ਜਾਣ ਜਿਸ ਵਿੱਚ ਗੁਰਪ੍ਰੀਤ ਸਿੰਘ ਬਾਲ ਬਾਲ ਬਚ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਪੁਲਿਸ ਨੇ ਵਿਸ਼ੇਸ਼ ਟੀਮ ਬਣਾ ਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਪਾਸੋਂ ਇੱਕ ਪਿਸਤੌਲ ਤਿੰਨ ਜਿੰਦਾ ਕਾਰਤੂਸ ਅਤੇ 255 ਗ੍ਰਾਮ ਹੈਰਵਨ ਬ੍ਰਾਮਦ ਹੋਈ ਹੈ ਐਸਐਸਪੀ ਨੇ ਅੱਗੇ ਖੁਲਾਸਾ ਕੀਤਾ ਕਿ ਗੈਂਗਸਟਰ ਹੈਰੀ ਚੱਠਾਵਲੋਂ ਸ਼ਰਾਬ ਦੇ ਠੇਕੇਦਾਰ ਪੱਪੂ ਜੰਤੀਪੁਰੀਆ ਅਤੇ ਉਸ ਦੇ بیٹے ਕੋਲੋਂ ਹੈਰੀ ਨੇ 2 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਤੇ ਉਹਨਾਂ ਵੱਲੋਂ ਫਿਰੋਤੀ ਦੀ ਰਕਮ ਨਾ ਦੇਣ ਦੇ ਚਲਦੇ ਹੀ ਹੈਰੀ ਚਠਾ ਦੇ ਕਹਿਨ ਤੇ ਇਹ ਹਮਲਾ ਹੋਇਆ ਸੀ ਹੁਣ ਆ ਕਿਹਾ ਕਿ ਜੋ ਇੱਕ ਨੌਜਵਾਨ ਇਸ ਹਮਲੇ ਤੋਂ ਬਾਅਦ ਫਰਾਰ ਹੋਇਆ ਸੀ ਉਸ ਦੀ ਵੀ ਪੁਲਿਸ ਵੱਲੋਂ ਪਛਾਣ ਕਰ ਲਈ ਗਈ ਹੈ ਤੇ ਜਲਦੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਦੀ ਰਾਤ ਨੂੰ 10:30 ਵਜੇ ਦੇ ਕਰੀਬ ਇੱਕ ਗੁਰਪ੍ਰੀਤ ਸਿੰਘ ਓਪੀ ਹੈ ਜਿਹੜਾ ਆਪਣੇ ਜੈੰਤੀਪੁਰਿਆ ਦਾ ਇੱਥੇ ਠੇਕੇਦਾਰੀ ਦਾ ਸ਼ਰਾਬ ਦਾ ਕੰਮ ਦੇਖਦਾ ਜੋ ਉਹਨੂੰ ਪਹਿਲਾਂ ਰੈਨਸਮ ਕਾਲ ਆਈ ਸੀ 2 ਕਰੋੜ ਰੁਪਈਆ ਲਈ ਜੰਤੀਪਰੀਆ ਗਰੁੱਪ ਨੂੰ ਔਰ ਗੋਪੀ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਤੂੰ ਇਹਨਾਂ ਦਾ ਕੰਮ ਛੱਡ ਦੇ ਅਦਰਵਾਇਜ਼ ਤੇਰਾ ਅਸੀਂ ਮਾਰਡਰ ਕਰ ਦਾਂਗੇ ਸੋ ਉਹਦੇ ਰਿਗਾਰਡਿੰਗ ਜਿਹੜੇ ਨੇ ਹੈਰੀ ਚੱਠੇ ਨੇ ਆਪਣੇ ਕੁਝ ਬੰਦੇ ਭੇਜ ਕੇ ਚਾਰ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਸੀ ਜਾਨਲੇਵਾ ਹਮਲਾ ਕੀਤਾ ਸੀਗਾ ਔਰ ਉਸ ਵਕਤ ਪ੍ਰਮਾਤਮਾ ਦੀ ਕਿਰਪਾ ਨਾਲ ਇਹਦੀ ਜਾਨ ਬਚ ਗਈ ਆ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਨੈਕਸਟ ਡੇ ਜਿਹੜਾ ਆ ਇੱਕ ਅਵਤਾਰ ਸਿੰਘ ਹਰੀਏ ਮੁੰਡਾ ਜਿਹੜਾ ਇਹਨੂੰ ਅਸੀਂ ਪੁਲਿਸ ਸਾਡੀ ਸਾਰਾ ਗਰੁੱਪ ਐ ਡੀਐਸਪੀ ਸਿਟੀ ਐਐਚਓ ਸੇਵਰ ਲਾਈਨ ਸਾਡੇ ਏਐਸਪੀ ਜਿਹੜੇ ਇਨਵੈਸਟੀਗੇਸ਼ਨ ਤੇ ਸੀਆਈਐਸ ਇੰਸਪੈਕਟਰ ਇਹਨਾਂ ਸਾਰਿਆਂ ਨੇ ਜੁਆਇੰਟਲੀ ਜਿਹੜਾ ਇਕੱਠਾ ਕਰਕੇ ਗਰੁੱਪ ਇੱਕ ਬੰਦੇ ਨੂੰ ਫੜਨ ਚ ਕਾਬਜਾਬੀ ਮਿਲੀ ਹੈ ਸ਼ੂਟਰ ਨੂੰ ਜਿਹਦੇ ਕੋਲੋਂ ਇੱਕ ਪਿਸਟਲ ਤੇ 250 ਗ੍ਰਾਮ ਹੈਰੋਨ ਜਿਹੜੀ ਹੈ ਬਰਾਮਦ ਹੋਈ ਹੈ ਔਰ ਉਹਨੇ ਵਾਰਦਾਤ ਜਿਹੜੀ ਹੈ ਮਲਕੀਸ਼ ਸਿੰਘ ਏਲੀਅਸ ਨਵਾਬ ਜਿਹਨੂੰ ਨਵਾਬ ਬਟਾਲਾ ਵੀ ਕਹਿੰਦੇ ਆ ਉਹਦੇ ਨਾਲ ਰਲ ਕੇ ਕੀਤੀ ਸੀਗੀ ਨਵਾਬ ਪਟਾਲਾ ਜਿਹੜਾ ਹੁਣੇ ਥੋੜੀ ਦੇਰ ਪਹਿਲਾਂ ਹੀ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਹਨਾਂ ਦੇ ਨਾਲ ਹੋਰ ਵੀ ਗਰੁੱਪ ਦੇ ਕਾਫੀ ਮੈਂਬਰ ਜਿਹੜੇ ਕੋਈ ਸਪੋਰਟ ਕਰਦਾ ਹੈ ਕੋਈ ਇਹਨਾਂ ਨੂੰ ਰੌਂਦ ਲਿਆ ਕੇ ਦਿੰਦਾ ਹੈ ਕਿਸੇ ਨੇ ਮੋਟਰਸਾਈਕਲ ਮੁਹੱਈਆ ਕਰਾਈ ਸੀਗੇ ਉਹ ਸਾਰੇ ਅਸੀਂ ਜਿਹੜੇ ਆ ਆਈਡੈਂਟੀਫਾਈ ਕਰ ਲਏ ਨੇ ਜਿਨ੍ਹਾਂ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਫੜ ਲਵਾਂਗੇ ਔਰ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਇੱਕ ਜਦੋਂ ਗੁਰਪ੍ਰੀਤ ਗੋਪੀ ਕਿਸੇ ਫੰਕਸ਼ਨ ਤੇ ਬੈਠਾ ਸੀ ਜਿਹੜਾ ਬੰਦੇ ਫੋਟੋਆਂ ਭੇਜ ਰਹੇ ਸੀਗੇ ਉਹ ਵੀ ਅਸੀਂ ਮੋਸਟਲੀ ਆਈਡੈਂਟੀਫਾਈ ਕਰ ਲਏ ਆ ਜੋ ਫੋਟੋ ਖਿੱਚਦਾ ਸੀਗਾ ਹੈਰੀ ਜੱਟੇ ਨੂੰ ਭੇਜਦਾ ਸੀ ਹੈਰੀ ਜੱਟਾ ਅੱਗੇ ਸ਼ੂਟਰਾਂ ਨੂੰ ਭੇਜਦਾ ਸੀਗਾ ਔਰ ਇਹ ਸਾਰਾ ਇਹਨਾਂ ਦਾ ਜਿਹੜਾ ਟਾਈ ਆ ਪਿਆ ਉਹ ਆਪਣਾ ਸਿਗਨਲ ਔਰ ਟੈਲੀਗ੍ਰਾਮ ਐਪ ਦੇ ਉੱਪਰ ਹੋ ਰਿਹਾ ਸੀਗਾ ਔਰ ਇਹਦੇ ਵਿੱਚ ਜਿਹੜੀ ਬੜੀ ਮਿਹਨਤ ਕਰਕੇ ਟੈਕਨੀਕਲੀ ਔਰ ਆਪਣਾ ਹਿਊਮਨ ਇੰਟੈਲੀਜੈਂਸ ਤੋਂ ਅਸੀਂ ਜਿਹੜੀ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਬਾਕੀ ਬੰਦੇ ਵੀ ਜਿਹੜੇ ਅਸੀਂ ਜਲਦੀ ਫੜਾਂਗੇ ਔਰ ਇਹ ਬੰਦੇ ਸਾਰੇ ਐਕਸਪੋਜ਼ ਹੋਣ ਦੇ ਨਾਲ ਜਿਹੜੇ ਆ ਨੈਕਸਟ ਟਾਰਗੇਟ ਕਿਲਿੰਗ ਸੀਗੀਆਂ ਜਿਸ ਤਰ੍ਹਾਂ ਇਹਨਾਂ ਨੇ ਪੁੱਛ ਕੇ ਸੱਸ ਦੱਸਿਆ ਵੀ ਅਸੀਂ ਦੀਪੂ ਜੰਤੀਪੁਰੀਆ ਜਿਸ ਤਰ੍ਹਾਂ ਉਹਦਾ ਵੀ ਸਾਡੀ ਟਾਰਗੇਟ ਤੇ ਸੀਗਾ ਇਹ ਸਾਰੇ ਜਿਹੜੇ ਆ ਇਸ ਤਰ੍ਹਾਂ ਦੀ ਕਾਫੀ ਚੀਜ਼ਾਂ ਲੰਗੀਆਂ ਹੋਈਆਂ। ਉਹ ਵੀ ਇੱਕ ਦਿਨ ਇੱਕ ਕਤਲ ਹੋਇਆ ਸੀ ਠੇਕੇਦਾਰ ਦਾ ਫਟੇਗੜ ਚੂੜੀਆਂ। ਕੀ ਇਹਨਾਂ ਦਾ ਤਾਲਮਾ ਨਾਲ ਵੀ ਜੁੜਿਆ ਹੋਇਆ? ਅਸੀਂ ਉਹ ਵੀ ਵੈਰੀਫਾਈ ਕਰ ਰਹੇ ਆ ਪਰ ਉਹ ਐਕਚੁਅਲੀ ਜੱਗੂ ਭਗਵਾਨਪੁਰੀਆ ਗੈਂਗ ਦਾ ਕੰਮ ਲੱਗਦਾ ਸੀਗਾ ਇਹਦੇ ਵਿੱਚ ਵੀ ਅਸੀਂ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਵੀ ਅਗਰ ਇਹਨਾਂ ਦਾ ਕੋਈ ਕੰਮ ਇਸ ਤਰ੍ਹਾਂ ਦਾ ਨਿਕਲਿਆ ਤਾਂ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਵੀ ਰੈਸਪਾਵਾ।